ਆ ਮੈਂ ਕੀ ਦੇਖ ਲਿਆ, ਆ ਮੈਂ ਕੀ ਦੇਖ ਲਿਆ ਸਵੇਰੇ ਸਵੇਰੇ ਇਹਨਾਂ ਦੀ ਪੋਚ ਦੇਖੋ ਇਹਨਾਂ ਨੇ ਕਿੱਦਾਂ ਦਾ ਬਣਾਇਆ। ਖੈਰ ਛੱਡੋ, ਮੇਰਾ ਬਰਥਡੇ, ਮੈਂ ਸੋਚਿਆ ਅੱਜ ਮੈਂ ਲਾਇਬ੍ਰੇਰੀ ਜਾਵਾਂਗਾ। ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ, ਮੈਨੂੰ ਲੱਗਾ ਮੇਰੇ ਲਈ ਲਿਖੀ ਗਈ ਹੈ। ਮੈਂ ਥੁੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ, ਮੈਂ ਫਿਰ ਦੂਜਾ ਪੰਨਾ ਪਲਟਿਆ। ਦੁਰਪੇਟੇ ਮੂਹੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾਂ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ। ਇਹ ਕਿਤਾਬ ਮੇਰੇ ਲਈ ਨਹੀਂ ਹੈ, ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ। ਮੈਂ ਬੋਰ ਹੋ ਗਿਆ ਇੱਥੇ, ਫਿਰ ਮੈਂ ਦੇਖਿਆ ਟੀਵੀ ਹੈ, ਹਾਂ ਟੀਵੀ ਮੂਹਰੇ ਮੈਂ ਬਹਿ ਸਕਦਾ ਹਾਂ। ਓ ਮਾਈ ਗੋਡ, ਮੈਨੂੰ ਰਸਾਲਾ ਮਿਲ ਗਿਆ, ਰਸਾਲੇ ਵਿੱਚ ਬਹੁਤ ਸਾਰੀਆਂ ਫੋਟੋਆਂ, ਮੈਂ ਖੁਸ਼ ਹੋ ਗਿਆ। ਬਸ ਇੰਨੇ 'ਚ ਮੈਨੂੰ ਪਤਾ ਲੱਗਿਆ ਕਿ ਲਾਇਬ੍ਰੇਰੀ ਮੇਰੇ ਲਈ ਨਹੀਂ ਬਣੀ। ਬਸ ਪਾਣੀ ਦਾ ਝਰਨਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ, ਮੈਂ ਮੂੰਹ ਕੀਤਾ ਸੱਜੇ, ਫੇਰ ਕੀਤਾ ਖੱਬੇ। ਆ ਇੱਕ ਵਿਚਿੱਤਰ ਜੀ ਚੀਜ਼ ਮੈਨੂੰ ਦਿਖੀ, ਪੰਜਾਬੀਆਂ ਦੀ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ, ਟੋਕ ਕੇ ਠੀਕ ਹੈ ਇਹ ਮਜ਼ਬੂਤ ਹੈ ਠੀਕ ਹੈ। ਆਹ ਲਿਖਿਆ ਹੋਇਆ ਸੀ ਕਿ ਇੱਥੇ ਕੁਆਇਟ ਰਹਿਣਾ ਹੈ, ਮੈਨੂੰ ਪੜ੍ਹ ਕੇ ਬੜਾ ਹਾਸਾ ਆਇਆ। ਆ ਗੋਰਿਆਂ ਨੇ ਕੁਆਇਟ ਤਾਂ ਆਪ ਹੀ ਰਹਿਣਾ, ਬੰਦਾ ਹੀ ਕੋਈ ਨਹੀਂ ਇੱਥੇ। ਮੈਂ ਯਾਰ ਬੜਾ ਮੈਨੂੰ ਕੁਆਇਟ ਲੱਗਾ, ਮੈਂ ਕਿਹਾ ਚੱਲ 2 ਮਿੰਟ ਬਹਿੰਦੇ ਹਾਂ, ਥੋੜ੍ਹਾ ਜਿਹਾ ਨਿਆਰਾ ਲੈਂਦੇ ਹਾਂ। ਪਰ ਮੈਂ ਕਿੰਨੇ ਕੁ ਚਿਰ ਬਹਿ ਸਕਦਾ ਹਾਂ, ਮੈਂ ਬੈਠਾ ਬੈਠਾ ਬੋਰ ਹੋ ਗਿਆ। ਫਿਰ ਮੈਂ ਸੋਚਿਆ ਦਲਜੀਤ ਸਿੰਘ ਤੂੰ ਇੱਥੇ ਬਹਿਣ ਨਹੀਂ ਆਇਆ ਕਾਕਾ, ਨਿਕਲ ਇੱਥੋਂ। ਫਿਰ ਮੈਨੂੰ ਗਾਰਡਨ ਦਿਖਿਆ, ਆ ਜਾਓ ਆਪਣਾ ਹੀ ਸਮਝੋ, ਆ ਜਾਓ ਆ ਜਾਓ। ਆਹ ਕੁੱਕੜ ਮੈਨੂੰ ਸਵੇਰੇ ਬਾਂਗਾਂ ਦੇ ਕੇ ਠਾ ਰਹੇ ਸੀ, ਇਹ ਮੇਰਾ ਅਲਾਰਮ ਵੀ ਨੇ ਤੇ ਮੇਰਾ ਮੇਨ ਕੋਰਸ ਵੀ ਇਹੀ ਨੇ। ਸਟੇਜ ਦੇਖ ਕੇ ਮੈਂ ਭਾਵੁਕ ਹੋ ਗਿਆ, ਕੰਨਾਂ ਨੂੰ ਹੱਥ ਲਾਏ, ਮੈਂ 2-4 ਗਾਣੇ ਦੇ ਪੋਜ ਦਿੱਤੇ। ਆ ਮੈਨੂੰ ਸ਼ੇਰ ਦੇ ਗਿਆ, ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫਿਰ ਚੜ ਜਾਂਦਾ ਹੁੰਦਾ। ਮੈਂ ਸ਼ੇਰ ਦੀ ਸਵਾਰੀ ਕੀਤੀ, 2-4 ਫੋਟੋਆਂ ਕਰਾਈਆਂ। ਮੈਂ ਕਿਹਾ ਦੇਖੋ ਬਾਈ, ਇਹ ਸੁੰਦਰ ਫੂਲ ਮੈਨੂੰ ਨਹਾਉਣ ਲਈ ਕੰਪੈਲ ਨਹੀਂ ਕਰ ਸਕਦਾ, ਮੈਂ ਸਿਰਫ 1 ਵਾਰੀ ਨਹਾਉਣਾ ਹਾਂ ਸਿਆਲਾਂ ਵਿੱਚ। ਆ ਮੈਨੂੰ ਯੋਗਾ ਰੂਮ ਦਿਖਿਆ, ਯੋਗਾ ਰੂਮ ਬਹੁਤ ਹੀ ਪਿਆਰਾ ਸੀ, ਮੈਂ ਥੋੜ੍ਹਾ ਜਿਹਾ ਸਮਾਂ ਇੱਥੇ ਸਪੈਂਡ ਕੀਤਾ। ਆ ਮੈਂ ਕੀ ਦੇਖ ਲਿਆ, ਆ ਮੈਂ ਕੀ ਦੇਖ ਲਿਆ ਸਵੇਰੇ ਸਵੇਰੇ ਇਹਨਾਂ ਦੀ ਪੋਜ ਦੇਖੋ ਇਹਨਾਂ ਨੇ ਕਿੱਦਾਂ ਦਾ ਬਣਾਇਆ। ਖੈਰ ਛੱਡੋ, ਮੇਰਾ ਬਰਥਡੇ, ਮੈਂ ਸੋਚਿਆ ਅੱਜ ਮੈਂ ਲਾਇਬ੍ਰੇਰੀ ਜਾਵਾਂਗਾ। ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ, ਮੈਨੂੰ ਲੱਗਾ ਮੇਰੇ ਲਈ ਲਿਖੀ ਗਈ ਹੈ। ਮੈਂ ਥੁੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ, ਮੈਂ ਫਿਰ ਦੂਜਾ ਪੰਨਾ ਪਲਟਿਆ। ਦੁਰਪੇਟੇ ਮੂਹੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾਂ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ। ਇਹ ਕਿਤਾਬ ਮੇਰੇ ਲਈ ਨਹੀਂ ਹੈ, ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ। ਮੈਂ ਬੋਰ ਹੋ ਗਿਆ ਇੱਥੇ, ਫਿਰ ਮੈਂ ਦੇਖਿਆ ਟੀਵੀ ਹੈ, ਹਾਂ ਟੀਵੀ ਮੂਹਰੇ ਮੈਂ ਬਹਿ ਸਕਦਾ ਹਾਂ। ਓ ਮਾਈ ਗੋਡ, ਮੈਨੂੰ ਰਸਾਲਾ ਮਿਲ ਗਿਆ, ਰਸਾਲੇ ਵਿੱਚ ਬਹੁਤ ਸਾਰੀਆਂ ਫੋਟੋਆਂ, ਮੈਂ ਖੁਸ਼ ਹੋ ਗਿਆ। ਬਸ ਇੰਨੇ 'ਚ ਮੈਨੂੰ ਪਤਾ ਲੱਗਿਆ ਕਿ ਲਾਇਬ੍ਰੇਰੀ ਮੇਰੇ ਲਈ ਨਹੀਂ ਬਣੀ। ਬਸ ਪਾਣੀ ਦਾ ਝਰਨਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ, ਮੈਂ ਮੂੰਹ ਕੀਤਾ ਸੱਜੇ, ਫੇਰ ਕੀਤਾ ਖੱਬੇ। ਆਹ ਇੱਕ ਵਿਚਿੱਤਰ ਜੀ ਚੀਜ਼ ਮੈਨੂੰ ਦਿਖੀ, ਪੰਜਾਬੀਆਂ ਦੀ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ, ਟੋਕ ਕੇ ਠੀਕ ਹੈ ਇਹ ਮਜ਼ਬੂਤ ਹੈ ਠੀਕ ਹੈ। ਆਹ ਲਿਖਿਆ ਹੋਇਆ ਸੀ ਕਿ ਇੱਥੇ ਕੁਆਇਟ ਰਹਿਣਾ ਹੈ, ਮੈਨੂੰ ਪੜ੍ਹ ਕੇ ਬੜਾ ਹਾਸਾ ਆਇਆ। ਆ ਗੋਰਿਆਂ ਨੇ ਕੁਆਇਟ ਤਾਂ ਆਪ ਹੀ ਰਹਿਣਾ, ਬੰਦਾ ਹੀ ਕੋਈ ਨਹੀਂ ਇੱਥੇ। ਮੈਂ ਯਾਰ ਬੜਾ ਮੈਨੂੰ ਕੁਆਇਟ ਲੱਗਾ, ਮੈਂ ਕਿਹਾ ਚੱਲ 2 ਮਿੰਟ ਬਹਿੰਦੇ ਹਾਂ, ਥੋੜ੍ਹਾ ਜਿਹਾ ਨਿਆਰਾ ਲੈਂਦੇ ਹਾਂ। ਪਰ ਮੈਂ ਕਿੰਨੇ ਕੁ ਚਿਰ ਬਹਿ ਸਕਦਾ ਹਾਂ, ਮੈਂ ਬੈਠਾ ਬੈਠਾ ਬੋਰ ਹੋ ਗਿਆ। ਫਿਰ ਮੈਂ ਸੋਚਿਆ ਦਲਜੀਤ ਸਿੰਘ ਤੂੰ ਇੱਥੇ ਬਹਿਣ ਨਹੀਂ ਆਇਆ ਕਾਕਾ, ਨਿਕਲ ਇੱਥੋਂ। ਫਿਰ ਮੈਨੂੰ ਗਾਰਡਨ ਦਿਖਿਆ, ਆ ਜਾਓ ਆਪਣਾ ਹੀ ਸਮਝੋ, ਆ ਜਾਓ ਆ ਜਾਓ। ਆਹ ਕੁੱਕੜ ਮੈਨੂੰ ਸਵੇਰੇ ਬਾਂਗਾਂ ਦੇ ਕੇ ਠਾ ਰਹੇ ਸੀ, ਇਹ ਮੇਰਾ ਅਲਾਰਮ ਵੀ ਨੇ ਤੇ ਮੇਰਾ ਮੇਨ ਕੋਰਸ ਵੀ ਇਹੀ ਨੇ। ਸਟੇਜ ਦੇਖ ਕੇ ਮੈਂ ਭਾਵੁਕ ਹੋ ਗਿਆ, ਕੰਨਾਂ ਨੂੰ ਹੱਥ ਲਾਏ, ਮੈਂ 2-4 ਗਾਣੇ ਦੇ ਪੋਜ ਦਿੱਤੇ। ਆ ਮੈਨੂੰ ਸ਼ੇਰ ਦੇ ਗਿਆ, ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫਿਰ ਚੜ ਜਾਂਦਾ ਹੁੰਦਾ। ਮੈਂ ਸ਼ੇਰ ਦੀ ਸਵਾਰੀ ਕੀਤੀ, 2-4 ਫੋਟੋਆਂ ਕਰਾਈਆਂ। ਮੈਂ ਕਿਹਾ ਦੇਖੋ ਬਾਈ, ਇਹ ਸੁੰਦਰ ਫੂਲ ਮੈਨੂੰ ਨਹਾਉਣ ਲਈ ਕੰਪੈਲ ਨਹੀਂ ਕਰ ਸਕਦਾ, ਮੈਂ ਸਿਰਫ 1 ਵਾਰੀ ਨਹਾਉਣਾ ਹਾਂ ਸਿਆਲਾਂ ਵਿੱਚ। ਆ ਮੈਨੂੰ ਯੋਗਾ ਰੂਮ ਦਿਖਿਆ, ਯੋਗਾ ਰੂਮ ਬਹੁਤ ਹੀ ਪਿਆਰਾ ਸੀ, ਮੈਂ ਥੋੜ੍ਹਾ ਜਿਹਾ ਸਮਾਂ ਇੱਥੇ ਸਪੈਂਡ ਕੀਤਾ। ਆ ਮੈਂ ਕੀ ਦੇਖ ਲਿਆ, ਆ ਮੈਂ ਕੀ ਦੇਖ ਲਿਆ ਸਵੇਰੇ ਸਵੇਰੇ ਇਹਨਾਂ ਦੀ ਪੋਜ ਦੇਖੋ ਇਹਨਾਂ ਨੇ ਕਿੱਦਾਂ ਦਾ ਬਣਾਇਆ। ਖੈਰ ਛੱਡੋ, ਮੇਰਾ ਬਰਥਡੇ, ਮੈਂ ਸੋਚਿਆ ਅੱਜ ਮੈਂ ਲਾਇਬ੍ਰੇਰੀ ਜਾਵਾਂਗਾ। ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ, ਮੈਨੂੰ ਲੱਗਾ ਮੇਰੇ ਲਈ ਲਿਖੀ ਗਈ ਹੈ। ਮੈਂ ਥੁੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ, ਮੈਂ ਫਿਰ ਦੂਜਾ ਪੰਨਾ ਪਲਟਿਆ। ਦੁਰਪੇਟੇ ਮੂਹੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾਂ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ। ਇਹ ਕਿਤਾਬ ਮੇਰੇ ਲਈ ਨਹੀਂ ਹੈ, ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ। ਮੈਂ ਬੋਰ ਹੋ ਗਿਆ ਇੱਥੇ, ਫਿਰ ਮੈਂ ਦੇਖਿਆ ਟੀਵੀ ਹੈ, ਹਾਂ ਟੀਵੀ ਮੂਹਰੇ ਮੈਂ ਬਹਿ ਸਕਦਾ ਹਾਂ। ਓ ਮਾਈ ਗੋਡ, ਮੈਨੂੰ ਰਸਾਲਾ ਮਿਲ ਗਿਆ, ਰਸਾਲੇ ਵਿੱਚ ਬਹੁਤ ਸਾਰੀਆਂ ਫੋਟੋਆਂ, ਮੈਂ ਖੁਸ਼ ਹੋ ਗਿਆ। ਬਸ ਇੰਨੇ 'ਚ ਮੈਨੂੰ ਪਤਾ ਲੱਗਿਆ ਕਿ ਲਾਇਬ੍ਰੇਰੀ ਮੇਰੇ ਲਈ ਨਹੀਂ ਬਣੀ। ਬਸ ਪਾਣੀ ਦਾ ਝਰਨਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ, ਮੈਂ ਮੂੰਹ ਕੀਤਾ ਸੱਜੇ, ਫੇਰ ਕੀਤਾ ਖੱਬੇ। ਆਹ ਇੱਕ ਵਿਚਿੱਤਰ ਜੀ ਚੀਜ਼ ਮੈਨੂੰ ਦਿਖੀ, ਪੰਜਾਬੀਆਂ ਦੀ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ, ਟੋਕ ਕੇ ਠੀਕ ਹੈ ਇਹ ਮਜ਼ਬੂਤ ਹੈ ਠੀਕ ਹੈ। ਆਹ ਲਿਖਿਆ ਹੋਇਆ ਸੀ ਕਿ ਇੱਥੇ ਕੁਆਇਟ ਰਹਿਣਾ ਹੈ, ਮੈਨੂੰ ਪੜ੍ਹ ਕੇ ਬੜਾ ਹਾਸਾ ਆਇਆ। ਆ ਗੋਰਿਆਂ ਨੇ ਕੁਆਇਟ ਤਾਂ ਆਪ ਹੀ ਰਹਿਣਾ, ਬੰਦਾ ਹੀ ਕੋਈ ਨਹੀਂ ਇੱਥੇ। ਮੈਂ ਯਾਰ ਬੜਾ ਮੈਨੂੰ ਕੁਆਇਟ ਲੱਗਾ, ਮੈਂ ਕਿਹਾ ਚੱਲ 2 ਮਿੰਟ ਬਹਿੰਦੇ ਹਾਂ, ਥੋੜ੍ਹਾ ਜਿਹਾ ਨਿਆਰਾ ਲੈਂਦੇ ਹਾਂ। ਪਰ ਮੈਂ ਕਿੰਨੇ ਕੁ ਚਿਰ ਬਹਿ ਸਕਦਾ ਹਾਂ, ਮੈਂ ਬੈਠਾ ਬੈਠਾ ਬੋਰ ਹੋ ਗਿਆ। ਫਿਰ ਮੈਂ ਸੋਚਿਆ ਦਲਜੀਤ ਸਿੰਘ ਤੂੰ ਇੱਥੇ ਬਹਿਣ ਨਹੀਂ ਆਇਆ ਕਾਕਾ, ਨਿਕਲ ਇੱਥੋਂ। ਫਿਰ ਮੈਨੂੰ ਗਾਰਡਨ ਦਿਖਿਆ, ਆ ਜਾਓ ਆਪਣਾ ਹੀ ਸਮਝੋ, ਆ ਜਾਓ ਆ ਜਾਓ। ਆਹ ਕੁੱਕੜ ਮੈਨੂੰ ਸਵੇਰੇ ਬਾਂਗਾਂ ਦੇ ਕੇ ਠਾ ਰਹੇ ਸੀ, ਇਹ ਮੇਰਾ ਅਲਾਰਮ ਵੀ ਨੇ ਤੇ ਮੇਰਾ ਮੇਨ ਕੋਰਸ ਵੀ ਇਹੀ ਨੇ।
ਸਟੇਜ ਦੇਖ ਕੇ ਮੈਂ ਭਾਵੁਕ ਹੋ ਗਿਆ, ਕੰਨਾਂ ਨੂੰ ਹੱਥ ਲਾਏ, ਮੈਂ ਦੋ ਚਾਰ ਗਾਣੇ ਦੇ ਭੋਜ ਦਿੱਤੇ। ਆਹ ਮੈਨੂੰ ਸ਼ੇਰ ਦੇ ਗਿਆ, ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫਿਰ ਚੜ ਜਾਂਦਾ ਹੁੰਦਾ। ਮੈਂ ਸ਼ੇਰ ਦੀ ਸਵਾਰੀ ਕੀਤੀ, ਦੋ ਚਾਰ ਫੋਟੋਆਂ ਕਰਾਈਆਂ। ਮੈਂ ਕਿਹਾ ਦੇਖੋ ਬਈ, ਇਹ ਸੁੰਦਰ ਪੂਲ ਮੈਨੂੰ ਨਹਾਉਣ ਲਈ ਕੰਪੈਲ ਨਹੀਂ ਕਰ ਸਕਦਾ, ਮੈਂ ਸਿਰਫ ਇੱਕ ਵਾਰੀ ਨਹਾਉਣਾ ਹਾਂ ਸਿਆਲਾਂ ਵਿੱਚ। ਆਹ ਮੈਨੂੰ ਯੋਗਾ ਰੂਮ ਦਿਖਿਆ, ਯੋਗਾ ਰੂਮ ਬਹੁਤ ਹੀ ਪਿਆਰਾ ਸੀ। ਮੈਂ ਥੋੜ੍ਹਾ ਜਿਹਾ ਸਮਾਂ ਇੱਥੇ ਸਪੈਂਡ ਕੀਤਾ।